जी मजीत सिंह, मैं अमरजोत बोल रहा एडमिंटन तो। तो तुसी मैनू कह रहे सी कि कोई ऑफर कर रहा है जॉब, नौकरी तुहानू दे रहा है कनेडा। मेरा सिर्फ एक कोई सवाल है तुहाडे तो सवाल है कि तुसी उन्हां दे कागज़ चेक नहीं कीते हुण तक। तीन चार मैं सवाल दस रहा, तुसी उन्होंने पूछ लो कि भाई तुसी अगर जे कनेडा दे अगर लॉयर हो ते कोई तुहाडे कोल लाइसेंस नंबर है, लाइसेंस नंबर है ते दे दिओ नंबर वन। ठीक दूसरा है सर। अगर तुसी लॉयर हो या ना हो, लॉयर हो तो फिर तो बढ़िया, फिर तो गल करांगे। जे नहीं हो ते उस इंप्लॉयर तो तुसी मैनू जॉब ऑफर कर रहे हो, तुहाडे कोल कोई लेटर है, कोई ऑथोराइजेशन, कोई चिट्ठी है कि भाई तुहानू कोई अथॉरिटी है उस जॉब नू ऑफर करन लई। दूसरा सवाल, तीसरा सवाल, क्या तुसी मैनू जॉब ऑफर, इंप्लॉयमेंट ऑफर कागज से दिखा सकते हो? तीसरा सवाल। चौथा सवाल है कि भाई इस तो पहला तुसी किसी होर दे वर्क परमिट लगवाए हुए हैं? अगर जे लगवाए हुए हैं तो कृपा करके किसी का एक आध कोई नाम दस दो, असी भी कॉल करके उन्हें वेरीफाई कर दिए। चार सवाल पूछोगे क्लियर हो जाएगा सर। ठीक है सर। ਤੇ ਅੱਗੇ ਇਹ ਸੀਗਾ ਕਿ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਵੀ ਅੰਟਾਰੀਓ ਦੇ ਵਿੱਚ ਹੀ ਜੌਬ ਹੈ। ਅੰਟਾਰੀਓ ਦੇ ਵਿੱਚ ਤਿੰਨ ਜਿਹੜੇ ਜੌਬ ਹੈ, ਡੇਰੀ ਫਾਰਮਿੰਗ ਤੇ ਫਰੂਟ ਪੈਕਿੰਗ ਦਾ, ਜਾਂ ਕੋਈ ਮਤਲਬ ਐਗ ਵਗੈਰਾ, ਕੋਈ ਐਗ ਡਿਲੀਵਰੀ ਜਾਂ ਐਗ ਪੈਕਿੰਗ ਦਾ ਕੋਈ ਕੰਮ ਹੈ ਤੁਹਾਡਾ, ਵੀ ਜ਼ਿਆਦਾ ਕੋਈ ਔਖਾ ਵੀ ਕੰਮ ਹੈ ਨਹੀਂ, ਵੀ 2 ਸਾਲ ਦਾ ਵਰਕ ਪਰਮਿਟ ਹੈ, ਵੀ ਓਪਨ ਓਪਨ ਵਰਕ ਪਰਮਿਟ। ਤੁਸੀਂ ਅਗਰ ਇਹ ਚਾਰ ਸਵਾਲ ਅਗਰ ਜੇ ਪੁੱਛ ਲਓਗੇ ਨਾ ਤੇ ਤੁਹਾਨੂੰ ਸਾਰੇ ਇਹ ਸਵਾਲਾਂ ਦੇ ਜਵਾਬ ਆਟੋਮੈਟਿਕਲੀ ਘਰ ਬੈਠੇ ਬੈਠੇ ਤੁਹਾਨੂੰ ਮਿਲ ਜਾਣਗੇ, ਤਸੱਲੀ ਬਖਸ਼। ਠੀਕ ਹੈ। ਇਹ ਜਿਹੜੀ ਗੱਲਾਂ, ਜਾਬ ਸੌਖਾ ਹੀ ਹੈ ਜੀ, ਅੰਡੇ ਪੈਕਿੰਗ ਕਰਨੇ ਹੈ ਜਾਂ ਫਾਰਮ ਜਾਬ ਕਰਨੀ ਹੈ ਜੀ, ਓਪਨ ਹੈ ਜੀ, ਕਲੋਜ਼ ਵਰਕ ਪਰਮਿਟ ਹੈ, ਇਹ ਸਾਰੀ ਗੱਲਾਂ ਕਲੀਅਰ ਹੋ ਜਾਣਗੀ ਜੇਕਰ ਤੁਸੀਂ ਚਾਰ ਸਵਾਲ ਪੁੱਛ ਲਓਗੇ। ਐਵਰੀਥਿੰਗ ਵਿਲ ਬੀ ਕਲੀਅਰ। ਬਾਕੀ ਅਗਰ ਤੁਸੀਂ ਨਹੀਂ ਪੁੱਛ ਸਕਦੇ ਤੇ ਮੇਰਾ ਜਿਹੜਾ ਵੀਡੀਓ ਉਹਨਾਂ ਨੂੰ ਫਾਰਵਰਡ ਕਰ ਦੇਣਾ, ਉਹ ਆਪ ਹੀ ਸਮਝ ਜਾਣਗੇ, ਉਹਨਾਂ ਨੂੰ ਆਪ ਹੀ ਜਵਾਬ ਅਗਰ ਹੋਏਗਾ ਤੇ ਤੁਹਾਨੂੰ ਉਹਨਾਂ ਨੇ ਫੋਨ ਕਰਨਾ, ਜੇ ਨਹੀਂ ਹੋਏਗਾ ਤੇ ਉੱਥੇ ਫੋਨ ਡਿਸਕਨੈਕਟ ਹੋ ਜਾਏਗਾ। ਹਾਂਜੀ, ਉਹ ਤਾਂ ਐਕਚੁਅਲੀ ਉਹ ਮਤਲਬ ਕਿ ਵੀ ਕਾਫੀ ਓਪਨਲੀ ਗੱਲ ਕਰਦੇ ਨੇ। ਵੈਸੇ ਵੀ ਉਹਨਾਂ ਨੇ ਕੋਈ ਲੁਕੋ ਵਾਲੀ ਗੱਲ ਮੇਰੇ ਨਾਲ ਰੱਖੀ ਨਹੀਂ ਕਿ ਉਹ ਕਿਸੇ ਗੱਲ ਦੀ ਮੇਰੇ ਤੋਂ ਲੁੱਕ ਰੱਖ ਰਹੇ ਨੇ, ਕਿ ਮੈਂ ਪੁੱਛਿਆ ਸੀਗਾ ਵੀ ਤੁਹਾਨੂੰ ਵੀ ਤੁਹਾਨੂੰ ਆਫਰ ਕੌਣ ਕਰ ਰਿਹਾ, ਵੀ ਇਸ ਤਰ੍ਹਾਂ ਜੋਬ ਹੈ ਜਿਹੜੀ ਉਹ 2 ਸਾਲ ਦੀ ਜਾਂ 2 ਸਾਲ ਦਾ ਵਰਕ ਪਰਮਿਟ ਆਫਰ ਕੌਣ ਕਰ ਰਿਹਾ। ਉਹ ਕਹਿੰਦੇ ਵੀ ਸਾਡੇ ਉੱਥੇ 25-30 ਸਾਲਾਂ ਤੋਂ ਜਿਹੜੇ ਸਾਡੇ ਇੰਪਲਾਇਰ ਰਹਿ ਰਹੇ ਨੇ, ਵੀ ਉਹਨਾਂ ਨੂੰ ਕਿਸੇ ਨਾ ਕਿਸੇ ਮਤਲਬ ਕਿ ਜਾਂ ਕਹਿ ਲਈਏ ਲੇਬਰ ਕੈਟੇਗਰੀ ਦੇ ਬੰਦਿਆਂ ਦੀ, ਵੀ ਉੱਥੇ ਐਡ ਦੇਣ ਤੋਂ ਬਾਅਦ ਮਤਲਬ ਕਿ ਕੁਛ ਲੋ ਬੇਸ ਤੇ ਨਹੀਂ ਉਹਨਾਂ ਨੂੰ ਸੈਲਰੀ, ਲੋ ਬੇਸ ਤੇ ਨਹੀਂ ਉਹਨਾਂ ਨੂੰ ਅਪਲਾਈ ਮਿਲਦਾ, ਤਾਂ ਉਹ ਇੰਡੀਆ ਚੋਂ ਮੰਗਵਾ ਲੈਂਦੇ ਨੇ। ਤੇ ਮੈਂ ਕਿਹਾ ਵੀ ਇੰਡੀਆ ਚੋਂ ਚਲੋ ਮੰਗਵਾ ਲੈਂਦੇ ਨੇ, ਪਰ ਫਿਰ ਵੀ ਕਲੀਅਰ ਕਰਨਾ ਕਿਤੇ ਬਣਦਾ ਸੀ ਸਰ। ਅੱਜ ਅਸੀਂ ਅਜੀ ਜੇ ਤੁਹਾਡੇ ਮਤਲਬ ਤੁਹਾਡੀ ਅਵੇਅਰਨੈਸ ਨਾਲ, ਮੈਂ ਤੁਹਾਡੀਆਂ ਕਾਫੀ ਵੀਡੀਓਜ਼ ਦੇਖੀਆਂ ਨੇ, ਮੈਨੂੰ ਮਤਲਬ ਕਿ ਪ੍ਰੇਜ਼ ਕਰਨਾ ਬਣਦਾ ਕਿ ਵੀ ਕੋਈ ਪਰਸਨ ਹੈ ਜਿਹੜਾ ਉਹ ਇੱਕ ਮਤਲਬ ਕਿ ਵੀ ਆਪਾਂ ਕਹਿ ਲਈਏ ਇਨਸਾਨੀਅਤ ਦੇ ਨਾਂ ਤੇ ਕੋਈ ਅੱਗੇ ਆ ਰਿਹਾ ਹੈ। ਤੁਹਾਡੀ ਮਤਲਬ ਕਿ ਤੁਸੀਂ ਇਹ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਨਾਲ ਕੋਈ ਫਰੌਡ ਨਾ ਹੋਵੇ, ਲੋਕਾਂ ਨਾਲ ਕੋਈ ਠੱਗੀ ਨਾ ਹੋਵੇ, ਬਹੁਤ ਵੱਡੀ ਕੋਸ਼ਿਸ਼ ਹੈ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਇਹ ਇਸ ਤਰ੍ਹਾਂ ਨਹੀਂ ਕਰ ਰਿਹਾ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਤੇ ਮੈਨੂੰ ਫਖਰ ਮਹਿਸੂਸ ਹੋ ਰਿਹਾ ਕਿ ਤੁਸੀਂ ਪੰਜਾਬ ਨਾਲ ਬਿਲੋਂਗ ਕਰਦੇ ਹੋ, ਤੇ ਜੋ ਜੀ ਮੈਨੂੰ ਬੜਾ ਮਾਣ ਹੈ ਇਸ ਚੀਜ਼ ਦਾ ਕਿ ਤੁਸੀਂ ਮੁੰਡਿਆਂ ਨੂੰ ਜਿਹੜੇ ਸਾਡੇ ਨੌਜਵਾਨ ਨੇ ਉਹ ਨੌਜਵਾਨ ਇੱਥੇ ਰਹਿ ਕੇ ਵੀ ਕੰਮ ਕਰ ਸਕਦੇ ਨੇ। ਹੁਣ ਸਾਨੂੰ ਓਪਰਚੁਨਿਟੀ ਮਿਲੀ ਸੀ, ਜਦ ਸਾਨੂੰ ਮੌਕਾ ਮਿਲਿਆ ਸੀ ਅਸੀਂ ਮਤਲਬ ਕਿ ਉਦੋਂ ਬਾਅਦ ਤੁਹਾਡੇ ਕੰਟੈਕਟ 'ਚ ਮੈਂ ਆਇਆ, ਤੁਹਾਨੂੰ ਮੈਂ ਪੁੱਛਣਾ ਚਾਹਿਆ ਵੀ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਇਸ ਚੀਜ਼ ਬਾਰੇ ਜਾਣਕਾਰ ਹੋ। ਸਕਦਾ ਹੈ, ਲੇਕਿਨ ਇਹ ਜਦ ਤੱਕ ਚਾਰ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਅਸੀਂ ਕੁਛ ਨਹੀਂ ਕਹਿ ਸਕਦੇ ਕਿ ਵੀ ਉਹਦੇ ਵਿੱਚ ਕੋਈ ਅਸਲੀਅਤ ਵੀ ਹੈ ਕਿ ਨਹੀਂ ਹੈ, ਕਿਉਂਕਿ ਜਦ ਤੱਕ ਉਹ ਇਨਸਾਨ ਜੋ ਵੀ ਕੋਈ ਕੰਸਲਟੈਂਟ ਹੈ, ਲੋਇਰ ਹੈ, ਜਦ ਤੱਕ ਆਪਣਾ ਲਾਇਸੈਂਸ ਨੰਬਰ ਨਹੀਂ ਦਿਖਾਏਗਾ ਤਦ ਤੱਕ ਮੈਂ ਅਗਰ ਤੁਹਾਡੇ ਜਗ੍ਹਾ ਤੇ ਹਾਂ ਤਾਂ ਮੈਂ ਉਹਨੂੰ ਇੱਕ ਪੈਸਾ ਨਹੀਂ ਦਿਆਂਗਾ। ਕਿਉਂਕਿ ਅਗਰ ਅਗਰ ਤੁਹਾਡੇ ਪੈਸੇ ਫਸਦੇ ਹੈ, ਅਗਰ ਕਿਸੇ ਵਜ੍ਹਾ ਨਾਲ ਤੁਹਾਡੇ ਪੈਸੇ ਫਸ ਗਏ ਤੇ ਤੁਸੀਂ ਉਹਨਾਂ ਤੋਂ ਪੈਸੇ ਕਢਵਾ ਨਹੀਂ ਸਕਦੇ ਅਨਲੈਸ ਕੋਈ ਗੁੰਡਾਗਰਦੀ ਨਾ ਹੋ ਜਾਏ। ਸੋ ਇਸ ਕਰਕੇ ਜਦ ਤੱਕ ਤੁਸੀਂ ਅਗਰ ਕੋਈ ਲਾਇਸੈਂਸ ਬੰਦੇ ਨਾਲ ਕੋਈ ਡੀਲ ਨਾ ਕਰ ਰਹੇ ਹੋ ਤਦ ਤੱਕ ਤੁਹਾਡੇ ਕੋਲ ਕੋਈ ਪ੍ਰੋਟੈਕਸ਼ਨ ਨਹੀਂ ਹੈ। ਹਾਂਜੀ ਉਹ ਠੀਕ ਹੈ ਸਰ। ਦੂਸਰਾ ਜਿਹਨਾਂ ਕੋਲ ਕੋਈ ਨੌਕਰੀਆਂ ਹੁੰਦੀਆਂ ਉਹ ਤੁਹਾਨੂੰ ਨੌਕਰੀਆਂ
ਸੀਕ੍ਰੇਟ ਨਹੀਂ ਦਿੰਦੇ, ਤੁਹਾਨੂੰ ਸ਼ੋਅ ਕਰਦੇ ਸਾਰਾ, ਤੁਹਾਨੂੰ ਦਿਖਾਉਂਦੇ ਆ ਕਿ ਵੀ ਆਹ ਮੇਰੇ ਕੋਲ ਜੋਬ ਆਫਰ ਹੈ, ਆਹ ਮਾਲਿਕ ਦਾ ਨਾਮ ਹੈ, ਇਸ ਤਰ੍ਹਾਂ ਇੰਟਰਵਿਊ ਹੁੰਦਾ ਹੈ, ਇੰਟਰਵਿਊ ਦਾ ਖਰਚਾ ਇੰਨਾ ਹੈ, ਇਸ ਤਰ੍ਹਾਂ ਸਿਲੈਕਸ਼ਨ ਹੋਏਗੀ, ਫਿਰ ਮੇਰੀ ਮੇਰੀ ਫੀਸ ਇੰਨੀ ਹੈ, ਮਾਲਿਕ ਦੀ, ਸਾਰਾ ਕਲੀਅਰ ਕਰਦੇ ਹੈ। ਕੋਈ ਉਹ ਇੱਕ ਗੋਲ ਗੋਲ ਗੱਲ ਨਹੀਂ ਕਰਦੇ ਕਿ ਵੀ ਬਈ ਇੰਨੇ ਲੱਖ ਦੇ ਦੇਣਾ ਜੀ ਫਿਰ ਹੋ ਜਾਏਗਾ ਜੀ, ਉੱਥੋਂ ਕੱਟ ਲਾਂਗੇ, ਕਰ ਦਾਂਗੇ, ਕੈਸ਼ ਹੈ ਕੋਈ, ਰਸੀਦ ਨਹੀਂ, ਇਸ ਤਰ੍ਹਾਂ ਗੱਲ ਨਹੀਂ ਕਰਦੇ ਹੋ। ਤੀਸਰੀ ਗੱਲ, ਤੁਸੀਂ ਇਹ ਸੋਚ ਤੀਸਰੀ ਗੱਲ ਇਹ ਸੋਚੋ ਕਿ ਬਈ ਜਿਹੜੇ ਪੈਕਿੰਗ ਜੋਬਸ ਹੈ, ਅੰਡਿਆਂ ਦੀ ਪੈਕਿੰਗ ਕਰਨੀ ਹੈ, ਫਾਰਮ ਦੇ ਵਿੱਚ ਕੋਈ ਕੋਈ ਸਬਜ਼ੀ ਬੀਜਣੀ ਹੈ, ਕੁਛ ਹੋਰ ਕਰਨਾ ਹੈ, ਇਸ ਤਰ੍ਹਾਂ ਦੀ ਜੋਬਾਂ ਦੇ ਵਿੱਚ ਕੋਈ ਖਾਸ ਕੋਈ ਬਹੁਤ ਹੀ ਕੋਈ ਐਜੂਕੇਸ਼ਨ ਹੈ, ਬਹੁਤ ਹੀ ਖਾਸ ਕੋਈ ਇੰਗਲਿਸ਼ ਜਾਂ ਸਕਿੱਲ ਦੀ ਲੋੜ ਨਹੀਂ ਹੁੰਦੀ, ਇਹ ਆਮ ਹੀ ਕੋਈ ਵੀ ਕਰ ਸਕਦਾ। ਕਿਆ ਕਿਆ ਜਿਹੜੇ ਜਿਹੜੇ ਸ਼ਹਿਰ 'ਚ ਉਹ ਰਹਿ ਰਹੇ ਹੈ ਉੱਥੇ ਇੰਨੀ ਇੰਨੀ ਜ਼ਿਆਦਾ ਮਤਲਬ ਰੁਜ਼ਗਾਰ ਇੱਥੇ ਪ੍ਰਫੁੱਲਿਤ ਹੈ ਕਿ ਵੀ ਉਹਨਾਂ ਨੂੰ ਕੋਈ ਮਿਲਦਾ ਹੀ ਨਹੀਂ ਕੰਮ ਕਰਨ ਲਈ, ਉਹਨਾਂ ਨੂੰ ਪੰਜਾਬ ਤੋਂ ਲੈ ਕੇ ਆਉਣ ਦੀ ਲੋੜ ਪੈਂਦੀ ਹੈ, ਇਹ ਬੜੀ ਸੋਚਣ ਵਾਲੀ ਚੀਜ਼ ਹੈ। ਹਾਂਜੀ ਸਰ, ਇੱਥੇ ਆਲਰੇਡੀ ਕੈਨੇਡਾ ਲੱਖਾਂ ਦੀ ਤਾਦਾਦ ਤੇ ਪੰਜਾਬੀ ਸਟੂਡੈਂਟ ਆਲਰੇਡੀ ਬੈਠੇ ਹੋਏ ਹੈ, ਆਏ ਹੋਏ ਹੈ, ਜਿੱਥੇ ਤੁਸੀਂ ਓਂਟਾਰੀਓ ਗੱਲ ਕਰ ਰਹੇ ਹੋ ਉੱਥੇ ਤੋਂ ਆਲਰੇਡੀ ਆਏ ਹੋਏ ਹੈ, ਸਾਰੇ ਸਾਰੇ ਸਟੂਡੈਂਟ ਹੈ, ਕੰਮ ਦੀ ਭਾਲ ਚ ਹੈ, ਉਹ ਮਤਲਬ ਕਿ ਕੋਈ ਨਾ ਕੋਈ ਛੋਟਾ ਮੋਟਾ ਕੰਮ ਦੇਖਦੇ ਹੈ, ਇਸ ਤਰ੍ਹਾਂ ਦਾ ਕੰਮ ਅਗਰ ਜੇ ਉਹਨਾਂ ਨੂੰ ਮਿਲ ਜਾਏ ਉਹ ਵੀ ਕਰ ਲੈਂਦੇ ਆ, ਉਹਨਾਂ ਨੂੰ ਕੋਈ ਵਰਕ ਪਰਮਿਟ ਦੀ ਲੋੜ ਨਹੀਂ, ਕੋਈ ਕਿਸੇ ਹੋਰ ਚੀਜ਼ ਦੀ ਲੋੜ ਨਹੀਂ, ਵਰਕ ਪਰਮਿਟ ਉਹਨਾਂ ਕੋਲ ਆਲਰੇਡੀ ਆਥੋਰਾਈਜੇਸ਼ਨ ਹੈ ਕੰਮ ਕਰਦਾ, ਤੇ ਇਹ ਸਾਰਾ ਦੇਖਦੇ ਹੋਏ ਉਹਨਾਂ ਨੂੰ ਉਸ ਜਿਹੜੇ ਆਲਰੇਡੀ ਜਿਹੜੇ ਲੇਬਰ ਤਿਆਰ ਹੈ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਤੁਹਾਨੂੰ ਨੌਕਰੀ ਦੇਣਾ, ਇਹ ਇਹ ਗੱਲ ਕੋਈ ਢੁਕਦੀ ਨਹੀਂ ਹੈ, ਕੋਈ ਕਲਿੱਕ ਨਹੀਂ ਕਰਦੀ ਦਿਮਾਗ 'ਚ ਕੋਈ ਕਿ ਉਹ ਵੀ ਇਹ ਇਹ ਸੋਲਿਡ ਚੀਜ਼ ਹੈ। ਹਾਂਜੀ ਸਰ, ਤੇ ਬਾਈ ਦਾ ਵੇ ਮਤਲਬ ਕਿ ਵੀ ਚਲੋ ਤੁਸੀਂ ਕਹਿ ਰਹੇ ਹੋ ਵੀ ਚਾਰ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਵੈਰੀਫਾਈ ਕਰਨ ਤੋਂ ਬਾਅਦ ਵੀ, ਤੇ ਉਸ ਤੋਂ ਬਾਅਦ ਵੀ ਬਾਈ ਦਾ ਵੇ ਜੋਬ ਸਾਨੂੰ ਦੇ ਵੀ ਦੇਣ, ਤਾਂ ਸੈਕੰਡ ਮਤਲਬ ਕਿ ਇੱਕ ਮੇਰਾ ਸਵਾਲ ਸੀ ਕਿ ਵੀ ਜਿਹੜੀ ਲੇਬਰ ਹੁੰਦੀ ਹੈ ਲੇਬਰ ਦੇ ਵਿੱਚ ਨਾ ਪੀ ਆਰ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ, ਪੀ ਆਰ ਹੋਣ ਦਾ ਕੋਈ ਤਰੀਕਾ ਉਹੀ ਹੁੰਦਾ ਸੇਮ, ਪੀ ਆਰ ਹੋਣ ਦਾ ਤਰੀਕਾ ਸਾਰਿਆਂ ਲਈ ਸੇਮ ਹੁੰਦਾ ਸਰ ਕਿ ਲੇਬਰ ਲਈ ਅਲੱਗ ਹੁੰਦਾ ਕੋਈ, ਇਹ ਚੀਜ਼ ਵੀ ਸਾਰੇ ਸੀ ਤੇ ਸਾਰੇ ਲਈ ਸੇਮ ਹੈ, ਲੇਕਿਨ ਲੇਬਰ ਕਲਾਸ ਐਲੀਜੀਬਲ ਹੀ ਨਹੀਂ ਹੈ ਪੀ ਆਰ ਦੀ। ਹਾਂ ਇਹ 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 ਪੁਆਇੰਟ ਸੀਗੇ, ਬਹੁਤ ਜ਼ਰੂਰੀ ਸੀ ਕਿ ਵੀ ਜੇ ਲੇਬਰ ਕੈਟੇਗਰੀ 'ਚ ਕੋਈ ਜਾ ਰਿਹਾ ਹੈ ਵਿਦਆਊਟ ਸੁਪਰਵੀਜ਼ਨ ਤੋਂ ਕਿ ਵੀ ਉਹਨੂੰ ਪੀ ਆਰ ਮਿਲਦੀ ਹੈ ਕਿ ਨਹੀਂ ਮਿਲਦੀ, ਮੈਂ ਤੁਹਾਡੇ ਤੋਂ ਇਹ ਪੁੱਛਣਾ। ਯਾਰ ਇਹ ਕਿਉਂਕਿ ਇਹ ਲੋਅ ਸਕਿੱਲ ਕੈਟੇਗਰੀ ਹੈ, ਲੋਅ ਸਕਿੱਲ ਕੈਟੇਗਰੀ ਦਾ ਕਿਸੇ ਵੀ ਪ੍ਰੋਵਿੰਸ ਕਿਸੇ ਵੀ ਫੈਡਰਲ ਕੈਟੇਗਰੀ ਵਿੱਚ ਇਹਦਾ ਕਿਤੇ ਕੋਈ ਕੋਈ ਕਨੈਕਸ਼ਨ ਹੈ ਹੀ ਨਹੀਂ ਹੈ, ਸੋ ਇਸ ਕਰਕੇ ਉਹ ਮੁੜ ਕੇ ਜੋ ਲੋਕ ਪੰਜਾਬ ਤੋਂ ਜਿਹੜੇ 15 ਲੱਖ 20 ਲੱਖ 25 ਲੱਖ ਦੇ ਕੇ ਆ ਰਹੇ ਹੈ, ਜਿਹੜੇ ਖੇਤਾਂ 'ਚ ਕੰਮ ਕਰਨ ਲਈ ਜਿਹੜਾ ਵੈਨਕੂਵਰ ਏਰੀਆ ਤੇ ਆ ਰਹੇ ਹੈ, ਉਹ ਇੱਥੇ ਵੀ ਆ ਕੇ ਉਹਨਾਂ ਦਾ ਖਰਚਾ ਫਿਰ ਤਿਆਰ ਹੈ, ਡਬਲ ਖਰਚਾ ਫਿਰ ਤਿਆਰ ਹੈ, ਫਿਰ ਏਜੰਟਾਂ ਨੂੰ ਪੈਸੇ ਦਿਓ, ਫਿਰ ਉਹਨਾਂ ਨੂੰ ਕਹੋ ਜੀ ਮੈਨੂੰ ਕੋਈ ਵਧੀਆ ਜੋਬ ਲੈ ਕੇ ਦਿਓ ਜੀ, ਫਿਰ ਉਹ ਕਹਿੰਗੇ ਫਿਰ ਖਰਚਾ ਕਰੋ, ਮਤਲਬ ਉਹਨਾਂ ਨੇ 4-5 ਸਾਲ ਖੁਆਰ ਹੋਣਾ ਹੈ, ਫਿਰ ਜਾ ਕੇ ਸ਼ਾਇਦ ਕੁਛ ਉਮੀਦ ਹੈ, ਸ਼ਾਇਦ ਆਈ ਡੋਂਟ ਨੋ, ਕੋਈ ਗਰੰਟੀ ਨਹੀਂ ਹੈ, ਹੋ ਸਕਦਾ ਕਿ ਵਿੱਚੋਂ ਉਹਨਾਂ ਨੂੰ ਮੁੜਨਾ ਪਏ। ਤੇ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਇਹ 4 ਸਵਾਲ ਪੁੱਛ ਕੇ ਆਪਣੀ ਥੋੜਾ ਠੋਕ ਵਜਾ ਕੇ ਤੁਸੀਂ ਪਤਾ ਕਰੋ ਕਿ ਬੰਦੇ ਕੌਣ ਹੈ, ਅਸਲੀ ਹੈ ਕਿ ਨਹੀਂ ਹੈ, ਤੇ ਉਹ ਜਿਹੜਾ ਮੈਂ ਗੱਲ ਕੀਤੀ ਸੀ ਆਖਰੀ ਜਿਹੜੀ ਕਿ ਵੀ ਇਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਲੋਕਾਂ ਨੂੰ ਫਾਰਮ ਵੀਜ਼ੇ ਤੇ ਭੇਜਿਆ ਹੈ, ਉਹ ਕਿੱਥੇ ਬੰਦੇ ਆ, ਕਿੱਥੇ ਕੰਮ ਕਰਨਾ ਹੈ ਇਸ ਵਕਤ, ਉਹਨਾਂ ਦਾ ਕੋਈ ਫੋਨ ਨੰਬਰ ਹੈ ਤੇ ਦੇ ਦਿਓ ਪਲੀਜ਼। ਹਾਂ ਇੱਕ ਦਾ ਐਡਰੈਸ ਦਿੱਤਾ ਸੀ ਉਹਨਾਂ ਨੇ, ਐਡਰੈਸ ਨਹੀਂ ਹੈ, ਫੋਨ ਨੰਬਰ ਲਿਓ ਤੇ ਐਡਰੈਸ ਤੇ ਚਲੋ ਕੀ ਕਰਨਾ, ਫੋਨ ਨੰਬਰ ਤੇ ਨਾਮ ਲਓ ਉਸ ਵਰਕਰ ਦਾ, ਤੇ ਉਹਨੂੰ ਕਾਲ ਕਰਕੇ ਪੁੱਛ ਲਓ ਕਿ ਵੀ ਤੁਸੀਂ ਕੰਮ ਕੀ ਕਰ ਰਹੇ ਹੋ ਤੂੰ, ਤੇ ਤੇਰਾ ਵਰਕ ਪਰਮਿਟ ਕਿੱਦਾਂ ਇਸ਼ੂ ਹੋਇਆ, ਕੋਈ ਕੰਡੀਸ਼ਨ ਪਾਈ ਹੈ, ਕਿੰਨੇ ਪੈਸੇ ਲੱਗੇ, ਉਹ ਸਾਰਾ ਪਹਿਲਾਂ ਛਾਨਬੀਨ ਕਰੋ ਫਿਰ ਜਾ ਕੇ ਕੁਛ ਕਰਨਾ। ਹਾਂਜੀ ਹਾਂਜੀ, ਇਹ ਤਾਂ ਜ਼ਰੂਰੀ ਸੀ ਕਿ ਜ਼ਰੂਰੀ ਬਣਦਾ ਸੀ, ਬਾਕੀ ਬਸ ਇਹ ਦੋ ਹੀ ਸਵਾਲ ਮੇਨ ਸੀਗੇ ਮੇਰੇ ਤੁਹਾਨੂੰ ਪੁੱਛਣੇ ਕਿ ਵੀ ਫਿਰ ਬਾਅਦ ਦੇ ਵਿੱਚ ਪੈਸੇ ਫਸਦੇ ਨੇ, ਤੇ ਇੱਕ ਮਤਲਬ ਕਿ ਮੈਂ ਕਿਸੇ ਪਾਰਟੀ ਦਾ ਨਾਂ ਲੈਣਾ ਚਾਹੂੰਗਾ ਪੋਲੀਟੀਕਲ ਪਾਰਟੀ ਦਾ, ਠੀਕ ਹੈ ਨਾ, ਵੀ ਮੈਂ ਲੈ ਸਕਦਾ ਇੱਥੇ ਸਰ? ਮੈਨੂੰ ਤਾਂ ਕੋਈ ਡਰ ਨਹੀਂ ਕਿਸੇ ਨਾਲ, ਤੁਸੀਂ ਭਾਵੇਂ ਲਓ ਹੈ ਨਾ ਲਓ, ਮੈਨੂੰ ਕੋਈ ਨਹੀਂ, ਮੈਂ ਤੇ ਐਕਚੁਅਲੀ ਗੱਲ, ਹਾਂਜੀ ਐਕਚੁਅਲੀ ਇਹ ਸੀ ਕਿ ਮੈਂ ਸਿਮਰਜੀਤ ਸਿੰਘ ਬੈਂਸ ਨੇ ਲੋਕ ਇਨਸਾਫ਼ ਪਾਰਟੀ ਪ੍ਰਧਾਨ MLA ਸਿਮਰਜੀਤ ਬੈਂਸ ਵੱਲੋਂ ਮੈਂ ਆਪਣੇ ਹਲਕੇ ਦਾ ਯੂਥ ਪ੍ਰੈਜ਼ੀਡੈਂਟ ਹਾਂ, ਹਲਕਾ ਲਹਿਰਾ ਕਾਗਾ ਸੰਗਰੂਰ ਦੇ ਵਿੱਚ, ਜਿਹੜੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹਲਕਾ ਪੈਂਦਾ ਹੈ ਮੇਰਾ, ਉੱਥੋਂ ਮੈਂ ਯੂਥ ਪ੍ਰੈਜ਼ੀਡੈਂਟ ਹਾਂ। ਮੇਰੀ ਗੱਲ ਸੀ ਜਿਹੜੀ ਉਹ ਬੈਂਸ ਸਾਹਿਬ ਨਾਲ ਵੀ ਇਸ ਵਿਸ਼ੇ ਤੇ ਹੋਈ ਸੀ, ਸਿਮਰਜੀਤ ਬੈਂਸ ਸਾਹਿਬ ਦਾ ਨਾਂ ਤੁਸੀਂ ਜਾਣਦੇ ਹੋਵੋਗੇ, ਉਹਨਾਂ ਨਾਲ ਮੇਰੀ ਇਸ ਵਿਸ਼ੇ ਤੇ ਗੱਲ ਹੋਈ ਸੀ, ਉਹ ਕਹਿੰਦੇ ਵੀ ਕੋਈ ਗੱਲ ਨੀ ਮਨਜੀਤ ਤੂੰ ਫ੍ਰੀ ਆਫ ਮਾਇੰਡ ਇਹ ਕੰਮ ਕਰ,
ਤੇ ਬਾਕੀ ਮਤਲਬ ਕਿ ਜਿਹੜੇ ਜਿਹੜੇ ਪ੍ਰੋਸੈਸ ਉਹਨਾਂ ਨੇ ਦੱਸੀ ਸੀ ਮੈਨੂੰ ਕਿ ਵੀ ਇੱਕ ਤਾਂ ਵੀ ਬਲੈਂਕ ਚੈੱਕ ਉਹਨਾਂ ਤੋਂ ਆਪਾਂ ਲੈਣਾ ਹੈ, ਆਫਟਰ ਵੀਜ਼ਾ ਪੇਮੈਂਟ ਦੀ ਗੱਲ ਕਰ ਰਹੇ ਨੇ, ਉਹਨਾਂ ਤੋਂ ਪਹਿਲਾਂ ਜੋ ਪੇਮੈਂਟ ਕਰਨੀ ਹੈ ਉਹਨਾਂ ਤੋਂ ਬਲੈਂਕ ਚੈੱਕ ਲੈਣਾ ਹੈ, ਪੇਮੈਂਟ ਹੈ ਜਿਹੜੀ ਉਹ ਆਪਾਂ ਬੈਂਕ ਰਾਹੀਂ ਕਰਨੀ ਹੈ, ਇਹਦੇ 'ਚ ਕੋਈ ਲੁੱਕ ਰੱਖਣੀ ਨਹੀਂ ਹੈਗੀ, ਜੇ ਰਸੀਦ ਲੈ ਰਹੇ ਨੇ ਤਾਂ ਰਸੀਦ ਦੇ ਰਹੇ ਨੇ ਤਾਂ ਰਸੀਦ ਲਓ ਉਹਨਾਂ ਤੋਂ, ਜਿਹੜੇ ਤੁਸੀਂ ਇਹ ਚਾਰ ਸਵਾਲ ਨਾਲ ਜੋੜਤੇ ਤੁਹਾਡੀ ਜਿਹੜੀ ਸੋਚ ਹੈ ਉਹ ਵੀ ਬੈਂਸ ਸਾਹਿਬ ਦੇ ਨਾਲ ਜਿਹੜੀ ਬਿਲਕੁਲ ਮਿਲਦੀ ਜੁਲਦੀ ਹੈ, ਮੈਨੂੰ ਬੜਾ ਮਤਲਬ ਕਿ ਵੀ ਇੱਥੇ ਦੇਖੋ ਤੁਸੀਂ ਜੋ ਮੈਨੂੰ ਤੁਸੀਂ ਦੱਸਿਆ ਉਹਨਾਂ ਨੇ ਤੁਹਾਡੀ ਜਿਹੜੀ ਤੁਹਾਡਾ ਮਤਲਬ ਕਿ ਵੀ ਜਿਹੜੇ ਸਵਾਲ ਨੇ ਉਹਨਾਂ ਨਾਲ ਮਿਲਦੇ ਜੁਲਦੇ ਨੇ, ਵੀ ਇਹਨਾਂ ਚਾਰ ਪੰਜ ਸਵਾਲਾਂ ਦਾ ਜਿਹੜਾ ਜ਼ਰੂਰ ਧਿਆਨ ਰੱਖਣਾ ਤੁਸੀਂ, ਉਹ ਫਿਰ ਮਤਲਬ ਕਿ ਉਹਨਾਂ ਕਰਕੇ ਵੀ ਮੈਂ ਇਹ ਚੀਜ਼ ਕਰ ਰਿਹਾ ਵੀ ਚਲੋ ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਆਪਾਂ ਨੂੰ ਫਿਰ ਥੋੜਾ ਜਿਹਾ ਡਰ ਵੀ ਚੱਕਿਆ ਜਾਂਦਾ, ਕਿਉਂ ਉਹ ਤਾਂ ਉਹਨਾਂ ਨੂੰ ਪਤਾ ਹੀ ਹੈ ਸਾਰੇ ਕਾਸੇ ਦਾ, ਠੀਕ ਹੈ ਉਹ ਉਹਨਾਂ ਦੇ ਅੰਡਰ ਕੇਸ ਆਉਂਦੀ ਰਹਿੰਦੇ ਨੇ, ਤੇ ਇਹ ਸੀ ਗੱਲਬਾਤ ਸਾਰੀ। ਉਹ ਫਿਰ ਮੈਂ ਹਾਂ ਤੁਸੀਂ ਬੋਲੋ 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 ਕੰਟੀਨਿਊ ਪਲੀਜ਼। ਤੇ ਫਿਰ ਮੈਂ ਤੁਹਾਡੇ ਤੋਂ ਮਤਲਬ ਕਿ ਵੀ ਇਹ ਫਿਰ ਮੈਂ ਜਦੋਂ ਸਰਚ ਕੀਤੀਆਂ ਵੀਡੀਓਜ਼, ਇੱਕ ਦੋ ਮੇਰੇ ਫਰੈਂਡ ਨੇ ਮੈਨੂੰ ਦੱਸਿਆ ਵੀ ਇੱਕ ਅਮਰਜੋਤ ਜੀ ਨੇ ਤੇ ਉਹ ਵੀਡੀਓ ਅਪਲੋਡ ਕਰਦੇ ਰਹੇ, ਸਾਰੀਆਂ ਤੁਹਾਡੀਆਂ ਮੈਂ ਵੀਡੀਓ ਦੇਖੀਆਂ, ਉਹ ਕਨਕਲੂਜਨ ਇਹੀ ਕੱਢਿਆ ਕਿ ਮਤਲਬ ਕਿ ਕਿਤੇ ਨਾ ਕਿਤੇ ਜਾ ਕੇ ਤੁਸੀਂ ਬਹੁਤੇ ਨਾ ਸਹੀ ਤੇ ਕਿਤੇ ਨਾ ਕਿਤੇ ਜਾ ਕੇ ਵੀ 100 ਦੇ ਵਿੱਚੋਂ ਮਤਲਬ ਕਿ 50% 60% ਲੋਕਾਂ ਨੂੰ ਤੁਸੀਂ ਅਵੇਅਰ ਕਰਦੇ ਹੋ, ਜੇ ਕੋਈ ਫਸਣਾ ਫਸਣ ਜਾ ਰਿਹਾ ਹੈ ਕਿਤੇ ਨਾ ਕਿਤੇ ਤੁਸੀਂ ਅਵੇਅਰ ਕਰਦੇ ਹੋ, ਵੀਡੀਓਜ਼ ਤੋਂ ਪਤਾ ਲੱਗ ਰਿਹਾ ਕਿ ਵੀ ਇੱਕ ਲੋਕ ਸੇਵਾ ਦੇ ਤੌਰ ਤੇ ਕਹਿ ਲਓ ਫ੍ਰੀ ਆਫ ਕੋਸਟ ਤੁਸੀਂ ਸਮਾਂ, ਕੈਨੇਡਾ ਗਿਆ ਇਨਸਾਨ ਹੈ ਜਿਹੜਾ ਉਹ ਸਮਾਂ ਹੀ ਬਹੁਤ ਉਹਦੇ ਲਈ ਮੁਸ਼ਕਲ ਹੈ ਕੱਢਣਾ, ਤੁਸੀਂ ਸਮਾਂ ਕੱਢ ਕੇ ਇੰਨਾ ਟਾਈਮ ਦੇ ਰਹੇ ਹੋ, ਠੀਕ ਹੈ ਨਾ, ਇੱਕ ਵੈਲਫੇਅਰ ਦਾ ਕੰਮ ਹੈ ਕਿ ਮੈਨੂੰ ਇਸ ਚੀਜ਼ ਦਾ ਵੀ ਬੜਾ ਪ੍ਰਾਊਡ ਫੀਲ ਹੋ ਰਿਹਾ, ਤੇ ਇਹੀ ਸੀ ਬਸ ਮਤਲਬ ਕਿ ਵੀ ਮੈਂ ਤੁਹਾਡੇ ਨਾਲ ਗੱਲ ਕਰਕੇ ਆਪਣੇ ਮਨ ਦੀ ਗੱਲ ਵੀ ਤੁਹਾਡੇ ਨਾਲ ਸ਼ੇਅਰ ਕਰ ਲਾਂ, ਉਹ ਸਭ ਕੁਛ ਜੋ ਮੈਂ ਤੁਹਾਨੂੰ ਦੱਸਿਆ ਇਹ ਬਿਲਕੁਲ ਰਿਐਲਿਟੀ ਹੈ, ਮੈਂ ਕਲੀਅਰ ਕੱਟ ਕਰ ਰਿਹਾ, ਆਪਾਂ ਨੂੰ ਡਰ ਮੈਨੂੰ ਵੀ ਕਿਸੇ ਦਾ ਹੈ ਨਹੀਂ, ਕਿਉਂਕਿ ਮਤਲਬ ਕਿ ਜਦੋਂ ਆਪਾਂ ਪੈਸੇ ਦੇਣੇ ਨੇ ਆਪਾਂ ਸਪਸ਼ਟ ਕੰਮ ਕਰਾਉਣਾ, ਤੁਹਾਡੀ ਤੁਹਾਡੀ ਗੱਲ ਬਹੁਤ ਵਧੀਆ ਲੱਗੀ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਗਾਈਡ ਕੀਤਾ ਵੀ ਸਭ ਕੁਛ ਜਦੋਂ ਕਿਸੇ ਨੇ ਜੋਬ ਦੇਣੀ ਹੈ, ਮੰਨ ਲਓ ਵੀ ਮੈਂ ਕਿਸੇ ਨੂੰ ਜੋਬ ਦੇਣੀ ਹੈ ਜਾਂ ਤੁਸੀਂ ਜੋਬ ਦੇਣੀ ਹੈ, ਤਾਂ ਉਹ ਕਲੀਅਰ ਕੱਟ ਸਾਹਮਣੇ ਰੱਖ ਦਿੰਦਾ ਗੱਲਾਂ ਨੂੰ ਲਿਆ ਕੇ ਵੀ ਭਾਈ ਆਹ ਇੰਪਲਾਇਰ ਦਾ ਨਾਮ ਹੈ, ਆਹ ਸਾਡਾ ਫੰਡ ਹੈ। ਇਹ ਸੀ ਗੱਲ ਸਰ। ਤੁਸੀਂ ਬੈਨ ਸਾਹਿਬ ਨੂੰ ਮੇਰਾ ਵੀ ਸੁਨੇਹਾ ਦਿਓ, ਮੇਰਾ ਇਹ ਵੀਡੀਓ ਵੀ ਤੁਸੀਂ ਉਹਨਾਂ ਨੂੰ ਸ਼ੋ ਕਰਨਾ, ਤੇ ਮੇਰੀ ਪੰਜਾਬ ਦੀ ਫੇਰੀ ਹੈ ਅਗਲੇ ਮਹੀਨੇ, ਮਤਲਬ ਮੈਂ ਡੇਟ ਮੇਰੇ ਕੋਲ ਹੈ ਨਹੀਂ ਇਸ ਵਕਤ, ਮੈਂ ਆਉਣਾ ਐਕਚੁਲੀ ਦਿੱਲੀ ਹੈ, ਸੋ ਅਗਰ ਤੇ ਇਸ ਤਰ੍ਹਾਂ ਦਾ ਕੋਈ ਕੋਈ ਛੋਟਾ ਮੋਟਾ ਕੋਈ ਤੁਸੀਂ ਅਗਰ ਕੋਈ ਸੈਮੀਨਾਰ ਜਾਂ ਕੋਈ ਇੱਦਾਂ ਦਾ ਕੋਈ ਅਗਰ ਕੋਈ ਅਰੇਂਜ ਕਰਦੇ ਹੋ, ਤੇ ਇਸ ਤਰ੍ਹਾਂ ਦੇ ਮੁੱਦੇ ਆ ਹੋਰ ਵੀ ਜਿਹੜੇ ਪੰਜਾਬੀਆਂ ਨੂੰ ਜਿਹੜੇ ਇਮੀਗ੍ਰੇਸ਼ਨ ਦੀ ਪ੍ਰੋਬਲਮ ਆਉਂਦੀਆਂ, ਜਿਹੜੇ ਸਪੈਸ਼ਲੀ ਲੇਬਰ ਕਲਾਸ ਵਿੱਚ ਜਾ ਰਹੇ ਪੈਸੇ ਤੁਸੀਂ ਦੇ ਕਰੇ ਆ ਫਰੋਡ ਡਾਕੂਮੈਂਟ ਕਰਕੇ, ਉਹਦੇ ਬਾਰੇ ਆਪਾਂ ਹੋਰ ਕੋਈ ਕੋਈ ਸੈਮੀਨਾਰ ਟਾਈਪ ਕੁਐਸਚਨ ਆਨਸਰ ਸੀਰੀਜ਼ ਲੈ ਸਕਦੇ ਹਾਂ, ਤੇ ਹੋਰ ਖੁਲਾਸਾ ਡਿਟੇਲ ਵਿੱਚ ਗੱਲ ਕਰ ਸਕਦੇ ਹਾਂ। ਹਾਂਜੀ ਹਾਂਜੀ, ਜ਼ਰੂਰੀ ਹੈ ਵੀ ਮੈਂ ਬੈਂਸ ਸਾਹਿਬ ਨਾਲ ਪਰਸਨਲੀ ਵੀ ਇਸ ਤਰੀਕੇ ਤੇ ਗੱਲ ਕਰੂੰਗਾ, ਕਿਉਂਕਿ ਜਦੋਂ ਸਾਰਾ ਤੁਸੀਂ ਤੁਹਾਡਾ ਬਿਜ਼ੀ ਸ਼ਡਿਊਲ ਹੈ, ਤੁਸੀਂ ਵੀ ਇੱਥੇ ਮਤਲਬ ਵਰਕ ਕਰਦੇ ਹੋ, ਲਾ ਲਓ ਵੀ ਕੋਈ ਨਾ ਕੋਈ ਆਪਣਾ ਕੋਈ ਕਿੱਤਾ ਹੁੰਦਾ ਹੀ ਆਕੂਪੇਸ਼ਨ, ਤੇ ਮੇਰੀ ਤੁਹਾਡੇ ਤੋਂ ਇੱਕ ਪਰਮਿਸ਼ਨ ਲੈਣੀ ਜ਼ਰੂਰੀ ਸੀ ਕਿ ਮੈਂ ਤੁਹਾਡੇ ਤੋਂ ਇਹ ਪਰਮਿਸ਼ਨ ਲਵਾਂ ਕਿ ਵੀ ਮੈਂ ਤੁਹਾਡੇ ਬਿਹਾਫ ਤੇ ਗੱਲ ਕਰਾਂ। ਬੈਂਸ ਸਾਹਿਬ ਵੀ ਸਾਡੇ ਅਮਰਜੋਤ ਜੀ ਨੇ ਜਿਹੜੇ ਮਤਲਬ ਕਿ ਵੀ ਉਹ ਵੀ ਇੱਕ ਵੈਲਫੇਅਰ ਦਾ ਕੰਮ ਕਰ ਰਹੇ ਨੇ, ਦੇਖੋ ਤੁਸੀਂ ਇਹ ਦੇਖੋ ਹਰੇਕ ਹੀ MLA ਹੈ ਜਿਹੜਾ ਉਹ ਅੱਜ ਕੱਲ ਆਪਣੀ ਕੌਂਸਟੀਚੁਐਂਸੀ ਦੇ ਵਿੱਚੋਂ ਜਿੱਤ ਜਾਂਦਾ, ਜਿੱਤਣ ਤੋਂ ਬਾਅਦ ਉਹ ਆਪਣਾ ਚੁੱਪ ਕਰਕੇ ਆਪਣਾ ਬਹਿ ਜਾਂਦਾ 5 ਸਾਲ ਦੇ ਲਈ ਕਿ ਮੈਂ MLA ਆ ਜੀ, ਲੋਕਾਂ ਨੇ ਮੈਨੂੰ ਬਣਾਤਾ, ਪਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਾ ਕੇ ਇੱਕ ਵੈਲਫੇਅਰ ਦਾ ਕੰਮ ਕਰਨਾ ਜਾਂ ਲੋਕਾਂ ਨੂੰ ਅਵੇਅਰ ਕਰਨਾ, ਲੋਕਾਂ ਦੇ ਫਾਇਦੇ ਕਰਨੇ, ਇਹ ਕੋਈ ਕੋਈ ਕਰ ਸਕਦਾ ਹੈ। ਤੁਸੀਂ ਹੁਣ ਤੁਸੀਂ ਉਹ ਇੱਕ ਫ੍ਰੀ ਆਫ ਕੋਸਟ ਤੇ ਸੁਨੇਹਾ ਲੋਕਾਂ ਤੱਕ ਦੇ ਰਹੇ ਹੋ, ਤੁਸੀਂ ਇੱਕ ਵੈਲਫੇਅਰ ਦਾ ਕੰਮ ਕਰ ਰਹੇ ਹੋ, ਹਨਾ, ਇੱਥੇ ਇਨਸਾਨ ਦਾ ਜਿਹੜਾ ਕੱਦ ਹੈ ਉਹ ਜ਼ਿਆਦਾ ਵੱਧਦਾ, ਉਹਦੀ ਜਾਣ ਪਛਾਣ ਵੱਧਦੀ ਹੈ, ਲਾ ਲਓ ਵੀ ਕਿਤੇ ਨਾ ਕਿਤੇ ਵੀ ਲੋਕਾਂ ਨੂੰ ਪ੍ਰਭਾਵਿਤ ਜ਼ਰੂਰ ਕਰਦਾ। ਇਹ ਚੀਜ਼ ਹੈ ਜਿਹੜੀ ਮੈਂ ਸ਼ੇਅਰ ਕਰੂੰਗਾ। ਥੈਂਕ ਯੂ। ਮੈਂ ਤੇ ਐਕਚੁਅਲੀ ਆਵਾਜ਼ ਨਹੀਂ ਮੈਨੂੰ ਆ ਰਹੀ ਸਰ, ਆਵਾਜ਼ ਦੀ ਪ੍ਰੋਬਲਮ ਆ ਗਈ, ਆਵਾਜ਼ ਦੀ ਪ੍ਰੋਬਲਮ ਆ ਗਈ। ਹੈਲੋ ਮੈਂ ਐਕਚੁਅਲੀ ਕਈ ਵਾਰ ਇਹ ਜਿੰਨੇ ਵੀ ਚੈਨਲ ਤੁਹਾਡੇ ਜਿਹੜੇ PTC ਚੈਨਲ, ETC, ਇੱਕ ਅਲਫਾ ਤੇ ਚੜ੍ਹਦੀ ਕਲਾ ਟਾਈਮ, ਇਹਨਾਂ ਨੂੰ ਮੈਂ ਸਾਰੇ ਨੂੰ ਈਮੇਲ ਲਿਖ ਕੇ ਦੱਸਿਆ ਹੈ ਕਿ ਵੀ ਜੇ ਤੁਸੀਂ ਕੋਈ ਮੈਨੂੰ ਕੋਈ ਟਾਈਮ ਦਿਓ TV ਤੇ ਆਪਾਂ ਇਸ ਪ੍ਰੋਬਲਮ ਦੇ ਬਾਰੇ ਗੱਲ ਕਰ ਸਕਦੇ ਹਾਂ, ਉਹ ਤੇ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੈ ਇਸ ਤਰ੍ਹਾਂ ਦੀ ਗੱਲ ਕਰਨ ਦਾ, ਉਹ ਤੇ ਕਹਿੰਦੇ ਕਿ ਬਈ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਹੋ, ਆਪਣੀ ਦੁਕਾਨਦਾਰੀ ਤੁਸੀਂ ਅਗਰ ਜੇ ਚਲਾਉਣੀ ਹੈ
ਸਾਨੂੰ ਘੰਟੇ ਦਾ ਇੰਨੇ ਪੈਸੇ ਦੇ ਦਿਓ, ਜੋ ਮਰਜ਼ੀ ਕਹਿਣਾ ਕਹੋ, ਵੀ ਡੋਂਟ ਕੇਅਰ। ਸੋ ਮੈਂ ਹਾਂ, ਸੋ ਮੈਂ ਕਿਹਾ ਚਲੋ ਕੋਈ ਗੱਲ ਨੀ, ਫਿਰ ਮੈਂ ਛੱਡਤਾ ਉਹ ਆਈਡੀਆ। ਪਰ ਚਲੋ ਤੁਸੀਂ ਮੇਰਾ ਸੁਨੇਹਾ ਬੇਨ ਸਾਹਿਬ ਨੂੰ ਜ਼ਰੂਰ ਜ਼ਰੂਰ ਦਿਓ, ਤੇ ਅਗਰ ਜੇ ਕੋਈ ਗੱਲਬਾਤ ਇੱਦਾਂ ਹੁੰਦੀ ਹੈ ਤੇ ਮੈਂ ਇੱਕ ਦਿਨ ਲਈ ਪੰਜਾਬ ਆ ਸਕਦਾ, ਤੇ ਜਿਸ ਤਰ੍ਹਾਂ ਕਰਨਾ ਭਾਵੇਂ ਅਗਰ ਜੋ ਦਿੱਲੀ ਆ ਕੇ ਤੁਸੀਂ ਗੱਲ ਕਰਨੀ ਤੇ ਦਿਨ ਵੀ ਕਰ ਸਕਦੇ। ਹਾਂਜੀ ਹਾਂਜੀ, ਉਹ ਜ਼ਰੂਰੀ ਹੈ ਸਰ, ਇਸ ਵਿਸ਼ੇ ਤੇ ਇਸ ਪਲੇਟਫਾਰਮ ਤੇ ਗੱਲ ਕਰਨਾ। ਬੈਂਸ ਸਾਹਿਬ ਨਾਲ ਮੈਂ ਤੁਹਾਡੀ ਗੱਲ ਕਰੂੰਗਾ, ਜ਼ਰੂਰ ਸ਼ੇਅਰ ਕਰੂੰਗਾ। ਤੇ ਸਰ ਤੁਸੀਂ ਕਿਹੜੇ ਸ਼ਹਿਰ 'ਚ ਰਹਿ ਰਹੇ ਹੋ? ਮੈਂ ਐਡਮਿੰਟਨ ਹੈ ਇਸ ਵਕਤ, ਐਡਮਿੰਟਨ ਐਲਬਰਟਾ। ਅੱਛਾ ਠੀਕ ਹੈ, ਚਲੋ ਉਹ ਗੱਲ ਸਾਰੀ ਸ਼ੇਅਰ ਕਰੂੰਗਾ, ਕਿਉਂਕਿ ਕਾਫੀ NRIs ਨੇ ਜਿਹੜੇ ਉਹ ਰਹਿ ਰਹੇ ਨੇ ਬਾਹਰ, ਜਿਹੜੇ ਬੈਂਸ ਸਾਹਿਬ ਨੂੰ ਸਪੋਰਟ ਕਰਦੇ ਨੇ, ਵੀ ਮਤਲਬ ਕਿ ਵੀ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਇਸ ਵਿਸ਼ੇ ਤੇ। ਵੀ ਪਿੱਛੇ ਜੇ ਇੱਕ ਮੁੱਦਾ ਵੀ ਹੋਰ ਆਇਆ ਸੀਗਾ, ਇਮੀਗ੍ਰੇਸ਼ਨ ਰਿਲੇਟਡ ਸੀ, ਭਾਵੇਂ ਉਹ ਅਮੈਰੀਕਾ ਦੀ ਅੰਬੈਸੀ ਦੇ ਵਿੱਚ ਉਹ ਕਿਰਪਾਨ ਸ਼੍ਰੀ ਸਾਹਿਬ ਲਾਉਣ ਦਾ ਮੁੱਦਾ ਸੀਗਾ, ਜਿਹੜਾ ਉਹ ਬੈਂਸ ਸਾਹਿਬ ਨੇ ਤੁਹਾਨੂੰ ਆਇਆ ਹੋਊਗਾ, ਉਹ ਵੀ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਜਸਵਿੰਦਰ ਸਿੰਘ, ਮਤਲਬ ਕਿ ਜਿਹੜੇ ਵੱਡੇ ਭਰਾ ਸੀ ਉਹਨਾਂ ਦੇ, ਵੱਡੇ ਬੈਂਸ ਬਲਵਿੰਦਰ ਸਿੰਘ ਬੈਂਸ, ਤੇ ਉਹਨਾਂ ਦੀ ਕੋਈ ਸ਼੍ਰੀ ਸਾਹਿਬ ਲਾਉਣ ਦੀ ਗੱਲ ਹੋਈ ਸੀ, ਅਮੈਰੀਕਾ ਦਾ ਵੀਜ਼ਾ ਸੀ ਕੋਈ ਉਹਨਾਂ ਦਾ, ਤੇ ਉਹ ਵੀਜ਼ਾ ਉਹ ਨਹੀਂ ਲਿਆ ਉਹਨਾਂ ਨੇ ਵੀ ਇਸ ਚੀਜ਼ ਤੇ, ਵੀ ਇੱਕ ਸ਼੍ਰੋਮਣੀ ਕਮੇਟੀ ਨੂੰ ਵੀ ਮਿਲੇ ਅਕਾਲ ਤਖ਼ਤ ਤੇ, ਵੀ ਉਹ ਗਏ ਜਿਹੜੇ ਪ੍ਰਧਾਨ ਸੀ ਜਿਹੜੇ ਹੁਣ, ਉਹਨਾਂ ਨੂੰ ਵੀ ਉਹ ਮਿਲੇ ਸੀਗੇ ਕਿ ਵੀ ਇਸ ਵਿਸ਼ੇ ਤੇ ਮਤਲਬ ਕਿ ਉਹਨਾਂ ਦੀ ਅੰਬੈਸੀ ਨੂੰ ਚਿੱਠੀ ਲਿਖੀ ਜਾਵੇ, ਜਾਂ ਜੇ ਉਹ ਕੇਂਦਰੀ ਮੰਤਰਾਲਾ ਜਿਹੜਾ ਉਹਨੂੰ ਵੀ ਲਿਖਿਆ ਜਾਵੇ ਕਿ ਕਿਰਪਾਨ ਦੇ ਮੁੱਦੇ ਤੇ ਕਾਫੀ ਸੀਰੀਅਸ ਲਵੇ ਜਿਹੜੀ ਸਾਡੀ ਸੈਂਟਰ ਸਰਕਾਰ ਹੈ। ਜਿਹੜੀ ਤੁਸੀਂ ਇਹ ਗੱਲ ਕਰੀ ਸੀ ਚੈਨਲਸ ਵਾਲੀ ਸਰ, ਤੇ ਇਹ ਚੈਨਲਸ ਨੇ ਜਿਹੜੇ, ਚਲੋ ਜੋ ਮੀਡੀਆ ਹੈ, ਕਿਉਂਕਿ ਜੋ ਅਸੀਂ ਜਦੋਂ ਸਾਡੀ ਗੱਲਬਾਤ ਦਾ ਵਿਸ਼ਾ ਇਮੀਗ੍ਰੇਸ਼ਨ ਸੀ, ਤਾਂ ਉਦੋਂ ਅਸੀਂ ਕਿਸੇ ਆਪਣੇ ਵਿਸ਼ੇ ਤੋਂ ਜਦੋਂ ਕਿਸੇ ਹੋਰ ਸਾਈਡ ਅਸੀਂ ਚਲੇ ਜਾਂਦੇ ਹਾਂ, ਤਾਂ ਉਹ ਇਸ ਚੀਜ਼ ਨੂੰ ਬਦਲ ਕੇ ਵੀ ਫਿਰ ਉਹ ਕਹਿਣ ਲੱਗ ਜਾਂਦੇ ਨੇ ਵੀ ਇਹਨਾਂ ਦਾ ਵਿਸ਼ਾ ਹੋਰ ਸੀ, ਚਲੇ ਗਏ ਹੋਰ ਸਾਈਡ। ਜਿਹੜਾ ਮੀਡੀਆ ਸਰ, ਮੀਡੀਆ ਅੱਜ ਕੱਲ੍ਹ ਬਿਲਕੁਲ ਵਿਕ ਚੁੱਕੀ ਹੈ, ਮੀਡੀਆ ਅੱਜ ਕੱਲ੍ਹ ਬਿਲਕੁਲ ਖਤਮ ਹੋ ਚੁੱਕੀ ਹੈ, ਵਿਕ ਚੁੱਕੀ ਹੈ ਮੀਡੀਆ। ਕੁਛ ਮਤਲਬ ਕਿ ਜਿਹੜੇ ਪੋਲੀਟਿਕਸ ਦੇ ਵਿੱਚ ਕੁਛ ਲੀਡਰ ਅੱਗੇ ਨੇ, ਉਹ ਬੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਸਾਡਾ ਜਿਹੜਾ ਸਾਡੇ ਪੈਸੇ ਤੇ ਮੀਡੀਆ ਕੰਮ ਕਰੇ, ਬਿਲਕੁਲ ਪੈਸੇ ਤੇ ਮੀਡੀਆ ਕੰਮ ਕਰੇ। ਤੁਸੀਂ PTC ਦੀ ਨਾਂ ਲਿਆ, ਤੁਸੀਂ ਜੀ ਨੈਟਵਰਕ ਦੀ ਗੱਲ ਕਰੀਏ, ਤੁਸੀਂ Alpha TV ਦੀ ਗੱਲ ਕਰੀਏ, ਇਹ ਸਾਰੇ ਮਤਲਬ ਕਿ ਇਹ ਇਸ ਤਰੀਕੇ ਨਾਲ ਕਿ ਤੁਸੀਂ ਇੱਕ ਸੋਸ਼ਲ ਵੈਲਫੇਅਰ ਦੀ ਗੱਲ ਕਰ ਰਹੇ ਹੋ, ਪੈਸੇ ਤੋਂ ਬਿਨਾਂ ਤੁਹਾਡੇ ਨਾਲ ਇਹ ਗੱਲ ਨਹੀਂ ਕਰ ਰਹੇ ਕਿ ਵੀ ਪੈਸੇ ਦਿਓ। ਇੱਕ ਜਿਹੜਾ ਇਮੀਗ੍ਰੇਸ਼ਨ ਵਾਲਾ ਬੰਦਾ ਹੁੰਦਾ, ਇੱਕ ਘੰਟਾ ਟਾਈਮ ਲੈਂਦਾ, ਇੱਕ ਅੱਧਾ ਘੰਟਾ ਟਾਈਮ ਲੈਂਦਾ, ਐਡ ਲਾਓ, ਯਾਨੀ ਕਿ ਤੁਸੀਂ ਐਡ ਨਹੀਂ ਲਾਉਣੀ, ਤੁਹਾਡੇ ਮਨ ਦੇ ਵਿੱਚ ਵੈਲਫੇਅਰ ਹੈ, ਤੁਹਾਡੇ ਮਨ ਦੇ ਵਿੱਚ ਤੁਸੀਂ ਇਹ ਚੀਜ਼ ਦੱਸਣਾ ਚਾਹੁੰਦੇ ਲੋਕਾਂ ਨੂੰ। ਪਰ ਇਹ ਜਿਹੜਾ ਇਹ ਉਹ ਜਿਵੇਂ ਕਹਿੰਦੇ ਨੇ ਵੀ ਇਹਨਾਂ ਨੂੰ ਗਧੇ ਤੇ ਘੋੜੇ ਦਾ ਮੁੱਲ ਨਹੀਂ ਪਤਾ ਹੈਗਾ, ਇਹ ਤੁਹਾਨੂੰ ਗਧੇ ਵਾਲੇ ਰੇਟ ਦੇ ਵਿੱਚ ਲੈ ਰਹੇ ਨੇ, ਜਦਕਿ ਵੀ ਘੋੜਾ ਤਾਂ ਘੋੜਾ ਹੀ ਹੁੰਦਾ, ਘੋੜਾ ਆਪਣੀ ਰੇਸ ਦੌੜਦਾ। ਕਿਉਂ ਇਹ ਹਰੇਕ ਚੀਜ਼ਾਂ, ਦੂਜੀਆਂ ਚੀਜ਼ਾਂ ਨੂੰ ਇਹ ਵੇਚਦੇ ਨੇ, ਦੂਜੀਆਂ ਚੀਜ਼ਾਂ ਨੂੰ ਵੇਚਦੇ ਨੇ, ਤੇ ਮਸ਼ਹੂਰੀਆਂ ਵੇਚਦੇ ਨੇ, ਐਡ ਵੇਚਦੇ ਨੇ, ਤੇ ਸੱਚੀ ਖ਼ਬਰ ਕਿਤੇ ਦਿੰਦੇ ਨੀ। ਕੋਈ ਕਿਸੇ ਦੀ ਖ਼ਬਰ ਲਾਈ ਜਾਂਦਾ ਜੀ, ਕੋਈ ਕਿਸੇ ਦੀ ਖ਼ਬਰ ਲਾਈ ਜਾਂਦਾ। ਹੁਣ ਜਿਹੜਾ ਭਾਰਤ ਪਾਕਿਸਤਾਨ ਵਾਲਾ ਜਿਹੜਾ ਉਹ ਸੀਗਾ ਮੁੱਦਾ, ਉਹ ਵੀ ਵਿੱਚ ਇਹਨਾਂ ਨੇ ਰੋਲਤਾ, ਸਿਰਫ ਪੇਡ ਕੰਮ ਚੱਲਦਾ, ਜੋ ਪੇਡ ਹੈ, ਪੈਸਾ ਫੇਕ ਤਮਾਸ਼ਾ ਦੇਖ ਵਾਲੀ ਗੱਲ ਹੈ ਸਰ, ਵੈਲਫੇਅਰ ਦੀ ਕਿਸੇ ਦੀ ਗੱਲ ਨੀ ਸੁਣਨ ਨੂੰ ਤਿਆਰ ਕੋਈ। ਪਤਾ ਲੱਗਿਆ ਐਕਚੁਲੀ ਮੈਂ ਇਹਨਾਂ ਨੂੰ ਇਹ ਪ੍ਰਪੋਜ਼ਲ ਦਿੱਤਾ ਸੀ ਕਿ ਵੀ ਜਿੰਨੇ ਫਰੋਡ ਹੋ ਰਹੇ ਹੈ ਪੰਜਾਬ ਦੇ, ਜਿਹੜੇ ਫਰੋਡ ਹੋ ਰਹੇ ਹੈ, ਤੁਸੀਂ ਜਿਸ ਤਰ੍ਹਾਂ ਵਰਕ ਪਰਮਿਟ ਦਾ ਫਰੋਡ ਹੈ, ਵਿਆਹ ਦੇ ਫਰੋਡ ਹੈ, ਜਿਹੜੇ ਇਲੀਗਲ ਲੋਕ ਜਾ ਰਹੇ ਹੈ, ਕੋਈ ਰਸ਼ੀਆ ਚਲਾ ਗਿਆ ਜੀ, ਕੋਈ ਡੌਂਕੀ ਬਣ ਕੇ, ਕੋਈ ਇਟਲੀ ਚੋਂ ਜਾ ਰਿਹਾ, ਕੋਈ ਕੋਈ ਅਮੈਰੀਕਾ ਤੋਂ ਕੋਈ ਰੈਫਿਊਜੀ ਕਰ ਰਿਹਾ, ਮੈਂ ਇਹਨਾਂ ਨੂੰ ਦੱਸਿਆ ਸੀ ਕਿ ਵੀ ਇਸ ਇਹ ਇਹਦੇ ਬਾਰੇ ਕਾਨੂੰਨ ਕੀ ਹੈ, ਪ੍ਰੋਸੀਜਰ ਕੀ ਹੈ, ਇਹਦੇ ਬਾਰੇ ਤੁਸੀਂ ਮੈਨੂੰ ਥੋੜਾ ਟਾਈਮ ਦਿਓ, ਅੱਧਾ ਘੰਟਾ ਦਿਓ ਤੁਸੀਂ ਸਿਰਫ TV ਤੇ, ਮੈਂ ਲੋਕਾਂ ਦੀ ਜਿਹੜੀ ਡਾਇਰੈਕਟ ਗੱਲ ਸੁਣ ਕੇ ਉਹਨਾਂ ਦਾ ਡਾਇਰੈਕਟ ਉਹਨਾਂ ਨੂੰ ਸੋਲੂਸ਼ਨ ਦੱਸਾਂਗਾ ਕਿ ਵੀ ਕੀ ਸੋਲੂਸ਼ਨ ਹੈ, ਕਿਸ ਤਰ੍ਹਾਂ ਤੁਸੀਂ ਜਾਣਾ ਨਹੀਂ ਜਾਣਾ, ਕੀ ਤੁਹਾਡਾ ਡੇਂਜਰ ਹੈ। ਸੋ ਇਹ ਆਪਾਂ ਲਾਈਵ ਕਾਲ ਲਾਈਵ ਸ਼ੋਅ ਕਰਾਂਗੇ ਕਾਲਸ ਲੈ ਕੇ, ਤੇ ਮੈਨੂੰ ਤੇ ਉਹਨਾਂ ਨੇ ਸਿਰਫ ਇੰਨਾ ਦੱਸਿਆ ਕਿ ਵੀ ਸਾਡਾ ਜਿਹੜਾ ਰੇਟ ਹੈ 80,000 ਤੋਂ ਲੈ ਕੇ ਲੱਖ ਰੁਪਏ ਪਰ ਆਵਰ ਦਾ ਰੇਟ ਹੈ, ਤੁਸੀਂ ਇੰਨੇ ਪੈਸੇ ਸਾਨੂੰ ਚਾਰਜਿਸ ਦੇ ਦਿਓ, ਭਾਵੇਂ ਤੁਸੀਂ ਜੋ ਮਰਜ਼ੀ ਬੁੱਢੀ ਜਾਓ, ਵੀ ਡੋਂਟ ਕੇਅਰ, ਤੁਸੀਂ ਜੋ ਮਰਜ਼ੀ ਖਾਈ ਜਾਓ, ਇਹ ਤੇ ਸਾਡਾ ਬਿਜ਼ਨਸ ਹੈ। ਮੈਂ ਕਿਹਾ ਚਲੋ ਕੋਈ ਗੱਲ ਨੀ, ਦੇਖਦੇ। ਫਿਰ ਮੈਂ YouTube ਚੈਨਲ ਫਿਰ ਇਹ ਸਟਾਰਟ ਕੀਤਾ, ਫਿਰ ਇਹ ਯੂਟਿਊਬ ਦੇ ਜਿਹੜੇ ਤੁਸੀਂ ਜੁੜੇ ਹੋ ਦੇਖਦੇ ਹੋ ਜਾਂ ਹੋਰ ਲੋਕੀ ਜਿਹੜੇ ਜੁੜਦੇ ਆ, ਫਿਰ ਉਹ ਇੱਥੋਂ ਫਿਰ ਮੈਂ ਕੰਮ ਸਟਾਰਟ ਕੀਤਾ। ਮੈਂ ਉਹਨਾਂ ਨੂੰ ਦੱਸਿਆ ਕਿ ਵੀ ਮੈਂ ਆਪਣੀ ਇਹ ਜ਼ਰੂਰ ਹੈ, ਮੇਰਾ ਪੇਸ਼ਾ ਜ਼ਰੂਰ ਹੈ ਕਿ ਵੀ ਹਾਂ ਕੁਝ ਜਿਹੜੇ ਸੰਗੀਨ ਕੇਸਿਸ ਹੈ ਉਹਦੇ ਵਿੱਚ ਮੈਂ ਜ਼ਰੂਰ ਕੰਸਲਟੇਸ਼ਨ ਮੈਂ ਚਾਰਜ ਕਰਦਾ, ਲੇਕਿਨ ਮੈਨੂੰ ਆਪਣੀ ਕੋਈ ਐਡਵਰਟਾਈਜ਼ਿੰਗ ਪੰਜਾਬ ਜਾਂ ਇੰਡੀਆ ਜਾਂ ਕਰਨ ਦੀ ਕੋਈ ਲੋੜ ਨਹੀਂ ਹੈ, ਨਾ ਮੈਂ ਕੋਈ ਕੋਈ ਕਲਾਇੰਟ ਖਿੱਚਣ ਲਈ ਕੋਈ ਇਸ ਤਰ੍ਹਾਂ ਕਰ ਰਿਹਾ। ਉਹ ਠੀਕ ਹੈ, ਜੋ ਆ ਗਿਆ ਨਹੀਂ ਹੈ ਠੀਕ ਹੈ, ਆਪਾਂ ਵੀ ਕੁਛ ਦਾਲ ਫੁਲਕੇ ਤਾਂ ਕਰਨਾ ਇੰਤਜ਼ਾਮ, ਲੇਕਿਨ ਆਈ ਵੁੱਡ ਲਾਈਕ ਟੂ ਡੂ ਇਟ ਫੋਰ ਫਰੀ। ਮੈਂ ਮਤਲਬ ਕਿ ਜਿਹੜੇ ਮੈਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਕਿ ਵੀ ਮੈਂ ਕਾਲ ਲਿਆਂਗਾ ਤੁਹਾਡੇ ਚੈਨਲ ਤੇ, ਲੇਕਿਨ ਮੈਂ ਆਪਣਾ ਨਾਮ ਆਪਣਾ ਕੰਟੈਕਟ ਨੰਬਰ ਵੀ ਤੁਹਾਨੂੰ ਕੋਲ ਲਾਂਗਾ। ਮੈਨੂੰ ਨਹੀਂ ਚਾਹੀਦਾ ਕਿ ਕਲਾਇੰਟ ਉੱਥੋਂ ਦੇਖ ਕੇ ਮੈਨੂੰ ਕੰਟੈਕਟ ਕਰਕੇ ਆਪਣਾ ਐਪਲੀਕੇਸ਼ਨ ਕਰਾਏ।
ਸੋ ਉਹ ਵੀ ਲੋਡ ਨਹੀਂ ਚਲੋ ਐਨੀਵੇ ਜੋ ਵੀ ਦੈਟਸ ਓਕੇ ਸੋ ਉਹ ਜਿਹੜੇ ਵਰਕ ਤੁਹਾਡੇ ਜਿਹੜੇ ਵਰਕ ਪਰਮਿਟ ਪ੍ਰਪੋਜ਼ਲ ਦੇ ਬਾਰੇ ਮੈਂ ਚਾਰ ਸਵਾਲ ਦੱਸਦੇ ਹਾਂ ਤੇ ਜਾ ਕੇ ਤੁਸੀਂ ਉਹਨਾਂ ਨੂੰ ਅਪਰੋਚ ਕਰੋ ਦੁਬਾਰਾ ਤੇ ਮੇਰੇ ਖਿਆਲ ਆਹ ਵੀਡੀਓ ਹੀ ਦਿਖਾ ਦੋਗੇ ਤੇ ਮੇਰੇ ਖਿਆਲ ਉਹਨਾਂ ਨੂੰ ਥੋੜਾ ਜਿਹਾ ਆਟੋਮੈਟਿਕਲੀ ਆਪਣੇ ਆਪ ਹੀ ਕਲੀਅਰ ਹੋ ਜਾਏਗਾ ਕਿ ਬਈ ਇਸ ਇਸ ਰਿਐਲਿਟੀ ਔਰ ਨਾਟ ਸੋ ਹੋਰ ਕੋਈ ਸਵਾਲ ਮੇਰੇ ਤੋਂ ਸਰ ਜੀ ਨਹੀਂ ਸਰ ਬਸ ਇੱਕ ਇਹੀ ਤੁਹਾਡੇ ਤੋਂ ਇਜਾਜ਼ਤ ਇੱਕ ਲੈਣੀ ਸੀ ਕਿ ਤੁਸੀਂ ਇੰਡੀਆ ਜ਼ਰੂਰ ਆਇਓ ਤੇ ਬੈਂ ਸਾਹਿਬ ਨਾਲ ਤੁਹਾਡੀ ਮੈਂ ਇੱਕ ਮੀਟਿੰਗ ਫਿਕਸ ਕਰਾ ਕੇ ਕਿਉਂਕਿ ਜੇ ਜੇ ਪੀ ਟੀ ਸੀ ਨੇ ਤੇ ਤੁਹਾਨੂੰ ਈ ਟੀ ਸੀ ਨੇ ਜਾਂ ਜੀ ਵਾਲਿਆਂ ਨੇ ਨਹੀਂ ਟਾਈਮ ਦਿੱਤਾ ਤਾਂ ਬੈਂ ਸਾਹਿਬ ਨੂੰ ਕਰੀਬ ਕਰੀਬ ਬਾਹਲਾ ਤਾਂ ਮੈਂ ਕਹਿੰਦਾ ਨਹੀਂ ਹੈਗਾ ਅੱਜ 70-80 ਲੱਖ ਦੇ ਕਰੀਬ ਹੈ ਜਿਹੜਾ ਉਹ ਬੰਦਾ ਦੇਖ ਰਿਹਾ ਹੈ ਉਹਨਾਂ ਨੂੰ ਲਾਈਵ ਦੇਖਦਾ ਤੁਸੀਂ ਉਹਨਾਂ ਦਾ ਚੈਨਲ ਜਿਹੜਾ ਚੈਨਲ ਹੈ ਮਤਲਬ ਕਿ ਫੇਸਬੁੱਕ ਤੇ ਦੇਖਿਓ ਸਿਮਰਜੀਤ ਬੈਂਸ ਸਾਹਿਬ ਦਾ ਪੇਜ ਬਣਿਆ ਹੋਇਆ 70-80 ਲੱਖ ਜਿਹੜੇ ਲੋਕ ਨੇ ਸਭ ਤੋਂ ਵੱਧ ਪਬਲਿਸਿਟੀ ਦੇ ਵਿੱਚ ਅੱਜ ਜੇ ਉਹ ਯੰਗ ਲੀਡਰ ਨੇ ਤੇ ਜਦੋਂ ਉਹਨਾਂ ਦੇ ਪੇਜ ਤੋਂ ਅਸੀਂ ਮਤਲਬ ਕਿ ਲਾਈਵ ਹੋਵਾਂਗੇ ਲੋਕ ਸਾਨੂੰ ਆਪਦੇ ਆਪ ਕਾਲ ਕਰਨਗੇ ਲੋਕ ਸਾਨੂੰ ਅਪਰੋਚ ਕਰਨਗੇ ਤੇ ਕਿਤੇ ਨਾ ਕਿਤੇ ਇਹ ਵੀ ਤੁਹਾਡਾ ਜਿਹੜਾ ਤੁਹਾਡਾ ਇੱਕ ਵੈਲਫੇਅਰ ਦਾ ਕੰਮ ਹੀ ਜੁੜਿਆ ਹੋਇਆ ਬਿਜ਼ਨਸ ਅਲੱਗ ਸਾਈਡ ਹੈ ਬਿਜ਼ਨਸ ਵੀ ਚੱਲਣਾ ਚਾਹੀਦਾ ਉਹ ਤੁਹਾਡੀ ਗੱਲ ਹੈ ਤੋਰੀ ਫੁਲਕਾ ਵੀ ਆਪਣਾ ਚੱਲਣਾ ਚਾਹੀਦਾ ਬਿਜ਼ਨਸ ਅਲੱਗ ਸਾਈਡ ਹੈ ਪਰ ਵੀ ਕਿਤੇ ਨਾ ਕਿਤੇ ਜਦੋਂ ਅਵੇਅਰ ਕਰਦੇ ਹਾਂ ਅਸੀਂ ਤਾਂ ਉਹ ਬਿਜ਼ਨਸ ਤੋਂ ਉੱਪਰ ਦੀ ਗੱਲ ਹੋ ਜਾਂਦੀ ਹੈ ਇੱਕ ਇੱਕ ਜੇ ਚੰਦ ਤੇ ਵੀ ਕੋਈ ਚੰਦ ਤੇ ਕੋਈ ਸਹੀ ਚੀਜ਼ ਪਈ ਹੈ ਨਾ ਲੋਕ ਚੰਦ ਤੇ ਵੀ ਖਰੀਦਣ ਜਾਣਗੇ ਸਰ ਇਹਦੇ ਚ ਕੋਈ ਦੋ ਰਾਏ ਵਾਲੀ ਨਹੀਂ ਹੈਗੀ ਤੁਹਾਡੇ ਕੋਲੇ ਜਾਂ ਤੁਹਾਡਾ ਡਿਮਾਂਡ ਹੋਊਗੀ ਜਿਹੀ ਜੀ ਤੁਹਾਡੀ ਸਪਲਾਈ ਹੋਊਗੀ ਉਸ ਹਿਸਾਬ ਨਾਲ ਤੁਹਾਡੀ ਡਿਮਾਂਡ ਹੋਏਗੀ ਤੇ ਜੇ ਵਧੀਆ ਹੋਇਆ ਕੁਛ ਲੋਕਾਂ ਨੂੰ ਲੱਗਿਆ ਮੈਨੂੰ ਵਧੀਆ ਲੱਗਿਆ ਵੀਡੀਓ ਦੇਖ ਕੇ ਤੁਹਾਡੇ ਨਾਲ ਨਾਲ ਦੀ ਨਾਲ ਮੇਰਾ ਮਨ ਕੀਤਾ ਕਿ ਮੈਂ ਸਰ ਨਾਲ ਅਮਰਜੋਤ ਸਰ ਨਾਲ ਗੱਲ ਜ਼ਰੂਰ ਕਰਾਂ ਤੇ ਬਸ ਇਹੀ ਸੀ ਸਰ ਤੁਸੀਂ ਟਾਈਮ ਕੱਢਿਆ ਇੰਨਾ ਬਿਜ਼ੀ ਸ਼ਡਿਊਲ ਦੇ ਵਿੱਚੋਂ ਤੇ ਇਹਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਤੁਸੀਂ ਮੇਰੇ ਨਾਲ ਗੱਲ ਕੀਤੀ ਤੇ ਬਾਕੀ ਬੈਂ ਸਾਹਿਬ ਨਾਲ ਤੁਹਾਡੀ ਮੁਲਾਕਾਤ ਮੈਂ ਜ਼ਰੂਰ ਕਰਵਾਊਂਗਾ ਤੇ ਆਪਣੀ ਗੱਲ ਹੁੰਦੀ ਰਹੂਗੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ